ਗੱਲ ਬਾਤ ਹੈ ਜਿਹੜੀ ਇਹਨਾਂ ਚ ਤੁਸੀਂ ਆਏ ਹੋ ਥਾਰੇ? ਮੇਰਾ ਕਿਸੇ ਮਤਲਬ ਕਿ ਮੇਰਾ ਬੋਏਫ੍ਰੈਂਡ ਸੀਗਾ, ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ। ਉਸ ਤੋਂ ਬਾਅਦ ਉਹਨਾਂ ਨੇ ਮੰਮਾ ਘਰ ਗਏ ਸੀ ਅਤੇ ਉਹਨਾਂ ਨੇ ਨਾਂਹ ਕਰ ਦਿੱਤੀ ਸੀ ਵਿਆਹ ਲਈ, ਅਤੇ ਫਿਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ 'ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਏਗਾ, ਫਿਰ ਮੁੱਕਰਿਆ, ਫਿਰ ਅਸੀਂ ਦਰਖਾਸ਼ ਦਿੱਤੀ ਅਤੇ ਹੁਣ ਫਿਰ ਸਾਰੇ ਮਤਲਬ ਪੰਚਾਇਤ 'ਚ ਹਾਂ ਕਰ ਦਿੰਦਾ ਹੈ, ਅਤੇ ਬਾਅਦ ਵਿੱਚ ਉਹਨਾਂ ਨੇ ਚੂੜੀਆਂ ਪਵਾਈਆਂ ਅਤੇ ਫਿਰ ਵਿਆਹ ਕੱਲ੍ਹ ਸੀ ਮੇਰਾ ਅਤੇ ਕੱਲ੍ਹ ਉਹ ਭੱਜ ਗਿਆ। ਕਿੱਥੋਂ ਦਾ ਸੀ ਮੁੰਡਾ? ਮੁੰਡਾ ਮਕਬੂਲਪੁਰੇ ਦਾ ਸੀ। ਕਿੰਨੀ ਦੇਰ ਹੋ ਗਈ ਸਾਡਾ ਰਿਲੇਸ਼ਨ? 1.5 ਸਾਲ ਚੱਲਿਆ। ਹਾਂਜੀ। ਅੱਛਾ, ਕੱਲ ਵਿਆਹ ਸੀ, ਸਾਰੀਆਂ ਤਿਆਰੀਆਂ ਹੋਈਆਂ ਸੀ? ਹਾਂਜੀ। ਅੱਛਾ, ਤੇ ਉਹ ਭੱਜ ਗਿਆ? ਹਾਂਜੀ। ਉਹਨਾਂ ਦੇ ਮਾਂ-ਪਿਓ ਵੱਲੋਂ ਕੀ ਕਿਹਾ ਗਿਆ? ਉਹਨਾਂ ਦੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ, ਉਹ ਵੀ ਸਾਰੇ ਚਲੇ ਗਏ ਹੋਏ ਨੇ। ਤੁਹਾਡੇ ਸਾਨੂੰ ਸਾਰਿਆਂ ਦੀ ਚਾਹ ਹੋਈ? ਹਾਂਜੀ। ਹੁਣ ਤੁਸੀਂ ਥਾਣੇ ਹੋ, ਕੀ ਮੰਗ ਕੀ ਕਰਦੇ ਜੀ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ, ਉਹਨੂੰ ਜੇਲ੍ਹ ਹੋਵੇ। ਮੁੰਡੇ ਦੀ ਉਮਰ ਕਿੰਨੀ ਸੀ? 22 ਸਾਲ। ਸਰ, ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਹੋ ਰਿਹਾ ਹੈ, ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਅਤੇ ਹੋਣਾ ਨਹੀਂ ਚਾਹੀਦਾ। ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ। ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ, ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ, ਤਾਂ ਕੁੜੀ ਨੇ ਸੁਸਾਈਡ ਅਟੈਂਪ ਕੀਤਾ। ਸੁਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਕਾਇਦਾ ਸਟੈਂਪ ਪੇਪਰ 'ਤੇ ਲਿਖ ਕੇ ਦਿੱਤਾ ਕਿ ਮੈਂ ਤੇਰੇ ਨਾਲ ਮੈਰਿਜ ਕਰਾਂਗਾ। ਉਸ ਤੋਂ ਬਾਅਦ ਫਿਰ ਮੁੱਕਰ ਗਿਆ। ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ। ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ, ਬਟ ਉਹ 3rd ਟਾਈਮ ਫਿਰ ਮੁੱਕਰ ਗਿਆ। ਹੁਣ ਫਿਰ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਤੋਂ, ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ। ਤਾਂ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ, ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਇਸ ਬਾਰੇ ਕੰਪਲੇਂਟ ਕੀਤੀ ਸੀ ਤੁਸੀਂ? ਹਾਂਜੀ, ਇਹਨਾਂ ਨੇ 1-2 ਵਾਰੀ ਆਏ ਹੈ ਕਿ ਮਤਲਬ ਇੱਦਾਂ ਮੁੱਕਰਦੇ ਪਏ ਨੇ ਵਿਆਹ ਤੋਂ, ਤਾਂ ਬਟ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸਾਰਾ ਪਰਿਵਾਰ ਹੀ ਫਰਾਰ ਹੈਗਾ? ਹਾਂਜੀ, ਸਾਰਾ ਪਰਿਵਾਰ ਹੀ ਫਰਾਰ ਹੈਗਾ ਆ, ਅਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ, ਗਵਾਚ ਗਿਆ। ਇੱਥੇ ਨਹੀਂ ਆ, ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤੇ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਮਤਲਬ ਗਵਾਚ ਗਿਆ, ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ। ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਪਤਾ ਸਾਰੇ ਪਰਿਵਾਰ ਨੂੰ ਵੀ ਕਿੱਥੇ ਗਿਆ? ਸਰ ਪਤਾ ਹੀ ਆ ਤਾਂ ਸਰ ਹੁਣ ਆਪ ਵੀ ਘਰ ਨਹੀਂ ਹੈਗੇ। ਹੁਣ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੇ, ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ? ਪੁਲਿਸ ਸਟੇਸ਼ਨ ਵੱਲੋਂ ਹਜੇ ਸਾਡੀ SHO ਸਾਹਿਬ ਨਾਲ ਹਜੇ ਮੀਟਿੰਗ ਨਹੀਂ ਹੋਈ, ਹਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਹਾਂ, ਜੇ ਉਹਨਾਂ ਨਾਲ ਬੈਠਦੇ ਹਾਂ, ਗੱਲ ਕਰਦੇ ਹਾਂ ਕੀ ਕਹਿੰਦੇ ਨੇ, ਫਿਰ ਦੇਖਦੇ ਹਾਂ। ਜੇ ਸਾਡੀ ਸੁਣਵਾਈ ਨਹੀਂ ਹੋਗੀ ਤਾਂ ਆਪਾਂ ਬਣਦੀ ਕਾਰਵਾਈ ਅੱਗੇ ਕਰਵਾਵਾਂਗੇ ਜ਼ਰੂਰ। ਕੁੜੀ ਕਿੰਨੇ ਸਾਲਾਂ ਦੀ ਹੈਗੀ ਜੀ? ਕੁੜੀ ਜੀ 18 ਕੰਪਲੀਟ ਆ, 19 ਇਹਦੀ ਚੱਲ ਰਿਹਾ ਰਨਿੰਗ ਆ। ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ। ਹਾਂਜੀ, ਭੱਜ ਚੁੱਕਿਆ ਅਤੇ ਉਹਨਾਂ ਦੇ ਜਿਹੜੀ ਕੰਪਲੇਂਟ ਲੈ ਕੇ ਆਏ ਸੀ, ਕੀ ਮਸਲਾ ਕੀ ਆਇਆ ਸਰ? ਇਹਨਾਂ ਦੱਸਣ ਮੁਤਾਬਕ, ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ, ਇਹਨਾਂ ਦੋਵਾਂ ਦਾ ਫੇਅਰ ਸੀ ਕਿਤੇ ਪਹਿਲਾਂ, ਬਾਅਦ 'ਚ ਇਹਨਾਂ ਦਾ ਚਲੋ ਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਂਦੇ ਹਾਂ। ਅਤੇ ਮੈਰਿਜ ਦੌਰਾਨ ਹੁਣ ਮੁੰਡਾ ਭੱਜ ਚੁੱਕਾ ਘਰੋਂ, ਮੁੰਡਾ ਘਰੇ ਨਹੀਂ ਹੈਗਾ, ਅਤੇ ਇਹਨਾਂ ਦਾ ਅਸੀਂ ਦਰਖਾਸਤ ਇਹਨਾਂ ਨੂੰ ਕਹਿੰਦੇ ਅਸੀਂ ਦਿਓ ਇੱਕ, ਅਸੀਂ ਪੜਤਾਲ ਕਰਦੇ ਹਾਂ ਪ੍ਰੋਪਰ। ਅਤੇ ਲੜਕੀ ਤਾਂ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਅਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ, ਅਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ, ਜੋ ਕਾਨੂੰਨ ਹੁੰਦਾ ਉਹ ਬਣਦੀ ਕਾਰਵਾਈ ਕਰਾਂਗੇ। ਸਰ, ਇਹਦਾ ਕਿੱਥੋਂ ਦਾ ਰਹਿਣ ਵਾਲਾ ਜੀ? ਲੜਕੇ ਦਾ ਨਾਮ ਮਨਦੀਪ ਸਿੰਘ ਆ, ਇੱਥੋਂ ਲੋਕਲ ਮਕਬੂਲਪੁਰ ਥਾਣੇ ਦੇ ਏਰੀਏ ਦਾ ਰਹਿਣ ਵਾਲਾ। ਅੱਛਾ, ਹਾਂਜੀ। ਅਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ, ਇਹ ਮੌਕੇ ਦੇ ਜਿਹੜਾ ਭੱਜਿਆ, ਅਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਇਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ? ਉਹਦੇ ਬਾਰੇ ਅਸੀਂ ਪੜਤਾਲ ਕਰਨਾ ਹੈ, ਸਾਰਾ ਪੜਤਾਲ ਕਰਾਂਗੇ, ਜੋ ਵੀ ਪੜਤਾਲ ਦੌਰਾਨ ਤੱਤ ਸਾਹਮਣੇ ਲਿਆਵਾਂਗੇ ਤਫਤੀਸ਼। ਸਰ, ਮੁੰਡਾ ਹੈ ਕਿੰਨੇ ਕੁ ਸਾਲਾਂ ਦਾ? ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25-26 ਸਾਲ ਦਾ ਮੁੰਡਾ ਵਾ, ਅਤੇ ਕੁੜੀ ਦੀ ਏਜ ਵੀ 18 ਤੋਂ 22 ਆ, ਦੋਵੇਂ ਮੇਜਰ ਨੇ, ਅਤੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਸੀਂ ਅਮਲ 'ਚ ਲਿਆਵਾਂਗੇ।